ਸਸਕਾਲ ਦੋਸਤੋ ਸਵਾਗਤ ਹੈ ਜੀ ਫੇਸਬੁੱਕ ਦੇ ਇਸ ਲਾਈਵ ਸੈਸ਼ਨ ਦੇ ਵਿੱਚ ਦੋਸਤੋ ਸੁਨੇਹਾ ਦੇਣਾ ਸਟੂਡੈਂਟਸ ਜਿਹੜੇ ਆਇਲਸ ਲਈ ਟ੍ਰੇਨਿੰਗ ਕਲਾਸੇਜ਼ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਸੀ ਕੋਵਿਡ-19 ਦੀਆਂ ਰੈਸਟ੍ਰਿਕਸ਼ਨਸ ਕਰਕੇ ਪੰਜਾਬ ਗਵਰਨਮੈਂਟ ਨੇ ਹਜੇ ਅਨੁਮਤੀ ਨਹੀਂ ਦਿੱਤੀ ਸੀ ਅੱਜ ਗਵਰਨਮੈਂਟ ਨੇ ਅਨੁਮਤੀ ਦੇ ਦਿੱਤੀ ਹੈ ਜੀ ਸੋ ਮੈਕਰੋ ਗਲੋਬਲ ਮੰਡੇ ਤੋਂ ਯਾਨੀ ਕਿ ਕੱਲੂ ਸੈਟਰਡੇ ਸੰਡੇ ਪਰਸੋਂ ਦੇ ਦਿਨ ਤੋਂ 28 ਤਰੀਕ ਤੋਂ ਕਲਾਸੇ ਸ਼ੁਰੂ ਕਰਨ ਜਾ ਰਿਹਾ ਜਿਹੜੇ ਜਿਹੜੇ ਦੋਸਤ ਜਿਹੜੇ ਜਿਹੜੇ ਬੱਚੇ ਜਿਹੜੇ ਜਿਹੜੇ ਸਟੂਡੈਂਟਸ ਆਪਦੀਆਂ ਕਲਾਸਿਸ ਨੂੰ ਜੁਆਇਨ ਕਰਨਾ ਚਾਹੁੰਦੇ ਨੇ ਟ੍ਰੇਨਿੰਗ ਮੈਕਰੋ ਗਲੋਬਲ ਤੋਂ ਸ਼ੁਰੂ ਕਰਨਾ ਚਾਹੁੰਦੇ ਨੇ ਉਹ ਆਵਦੀ ਨਜ਼ਦੀਕੀ ਕਿਸੇ ਵੀ ਬ੍ਰਾਂਚ ਦੇ ਵਿੱਚ ਜਾ ਕੇ ਕੱਲ ਹੀ ਐਡਮਿਸ਼ਨ ਦਾ ਆਪਦਾ ਪ੍ਰੋਸੈਸ ਕਰਕੇ ਐਂਡ ਮੰਡੇ ਤੋਂ ਮੰਡੇ ਔਨਵਰਡਸ ਆਪਦੀਆਂ ਕਲਾਸੇ ਸ਼ੁਰੂ ਕਰ ਸਕਦੇ ਨੇ ਐਂਡ ਖਾਸ ਕਰਕੇ ਉਹ ਬੱਚੇ ਜਿਨ੍ਹਾਂ ਦੀ ਇੱਕ ਇੱਕ ਵੈਕਸੀਨੇਸ਼ਨ ਹੋ ਚੁੱਕੀ ਆ 18 ਤੋਂ ਜਿਹੜੇ ਬੱਚੇ ਉੱਪਰ ਨੇ ਪਲੀਜ਼ ਜੇ ਵੈਕਸੀਨੇਸ਼ਨ ਹਜੇ ਨਹੀਂ ਕਰਵਾਈ ਤਾਂ ਜਰੂਰ ਵੈਕਸੀਨੇਸ਼ਨ ਕਰਵਾ ਲਓ ਸੋ ਥੈਟ ਅ ਅੱਗੇ ਵੀ ਜਿਹੜੀਆਂ ਗਵਰਨਮੈਂਟ ਦੀਆਂ ਰੈਸਟ੍ਰਿਕਸ਼ਨਸ ਆਉਣਗੀਆਂ ਜਾਂ ਗਵਰਨਮੈਂਟ ਵੱਲੋਂ ਜੋ ਵੀ ਇਨਸਟਰਕਸ਼ਨਸ ਆਉਣਗੀਆਂ ਉਹ ਵੈਕਸੀਨੇਸ਼ਨਸ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਆਉਣਗੀਆਂ ਐਂਡ ਜਿਨ੍ਹਾਂ ਨੇ ਬੱਚਿਆਂ ਨੇ ਅਗੇ ਟ੍ਰੈਵਲ ਵੀ ਕਰਨਾ ਉਹਨਾਂ ਲਈ ਵੀ ਵੈਕਸੀਨੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੋ ਜੂਗੀ ਸੋ ਅ ਇਸ ਚੀਜ਼ ਦਾ ਖਾਸ ਧਿਆਨ ਰੱਖੋ ਕਿ ਜੇ ਤੁਸੀਂ 18 ਤੋਂ ਉੱਪਰ ਹੋ ਤਾਂ ਐਸ ਸੂਨ ਐਸ ਪੋਸੀਬਲ ਆਪਦੀ ਵੈਕਸੀਨੇਸ਼ਨ ਕਰਵਾ ਲਓ ਸੋ ਮੈਂ ਦੁਬਾਰਾ ਦੱਸਣ ਜਾ ਰਿਹਾ ਕਿ ਮੰਡੇ ਤੋਂ ਮੈਟ੍ਰੋ ਗਲੋਬਲ ਆਇਲਸ ਦੀਆਂ ਕਲਾਸਾਂ ਸ਼ੁਰੂ ਕਰਨ ਜਾ ਰਿਹਾ ਤੁਸੀਂ ਜਿੱਥੇ ਵੀ ਜਿਹੜੇ ਵੀ ਸ਼ਹਿਰ ਰਹਿ ਰਹੇ ਹੋ ਜੇ ਤੁਹਾਡੇ ਸਾਡੀ ਕੋਈ ਵੀ ਨਜ਼ਦੀਕੀ ਬ੍ਰਾਂਚ ਹੈਗੀ ਆ ਤੁਸੀਂ ਕੱਲੂ ਜਾ ਕੇ ਆਪਦੀ ਐਡਮਿਸ਼ਨ ਪ੍ਰੋਸੈਸ ਕਰ ਸਕਦੇ ਹੋ ਤਾਂ ਜੋ ਤੁਸੀਂ ਮੰਡੇ ਔਨਵਰਡਸ ਆਪਦੀਆਂ ਕਲਾਸਿਸ ਸਟਾਰਟ ਕਰ ਸਕੋ ਥੈਂਕ ਯੂ ਵੈਰੀ ਮਾਚ ਧੰਨਵਾਦ